वेलकम बैक टू न्यूज़ टीवी 84। ब्रेक तो बाद भी असी बीबी किरणजोत कौर जी ने अपने सवालों का सिलसिला जारी रखते हैं। जी बीबी जी, ब्रेक तो पहले तो असी गल की इतिहासिक गुरुद्वारे की कार सेवा तुरंत कंस्ट्रक्शन के बारे, पर ब्रेक तो बाद असी थानू एक निजी सवाल भी करना चाहवांगे। जिस तरह तुहाडे माता जी बीबी रजिंदर कौर अगे हो के पंथक सेवा करते रहे हैं, जदों जून 84 दरबार साहब फौजी कब्जे में सी तां सब तो पहला उन्होंने गुरद्वारा शहीदा तो बीबिया का एक जत्था लीड करके दरबार साहब नूं आजाद कराने लिए गिरफ्तारी दित्ती सी। पंथक सियासत विच आउन लई अपने माता जी तो प्रेरणा मिली? अगर तुसी चाहो तो सारे सिख संगतां नूं उन्हां दी कुछ यादां भी साडे नाल शेयर कर सकते हो। मैनूं याद है जदों ब्लू स्टार होया सी उस वेले इहो जिहा दहशत दा माहौल सी। हां जी, कि कर्फ्यू लगा हुंदा सी, फौज फिर रही सी सारे शहर दे विच, सीआरपी फिर रही सी और किसी की हिम्मत नहीं सी हुंदी कोई बाहर निकले, क्योंकि उस वेले मीडिया भी सेंसर्ड हैगा सी जी, किसी किस्म की कोई सुनवाई नहीं सी। हां जी, जेडी अकाली लीडरशिप सी ये तकरीबन सारी जेल दे विच सुती जा चुकी सी। हां जी, ते ब्लू स्टार जून दे पहले हफ्ते होया जी, उस तो महीना बाद भी मतलब जदों सारा कुछ खत्म हो गया, हाले भी फौज दरबार साहब का कब्जा नहीं सी छड़ रही। हाँ जी, ते उस वक्त फिर मेरे मदर ने प्रोटेस्ट किया कि भी हुण जो तुसी करना सी वह कर लिया, तो हुण संगत नूं क्यों रोक रहे हो कि दरबार साहब ना जावे। हाँ जी, ते भी जो अंदर नुकसान होया, डैमेज होया, जो होया हुण संगत संभालन आके अपने पावन स्थान नूं, पर किते कोई सुनवाई नहीं सी। फिर उस वक्त उन्होंने एक शहीदी जथे ਨੂੰ ਲੀਡ ਕਰਨ ਦਾ ਫੈਸਲਾ ਕੀਤਾ। ਹਾਂਜੀ, ਇਸ ਡਿਮਾਂਡ ਦੇ ਨਾਲ ਕਿ ਦਰਬਾਰ ਸਾਹਿਬ ਜਿਹੜਾ ਫੌਜ ਤੋਂ ਆਜ਼ਾਦ ਕੀਤਾ ਜਾਵੇ ਤੇ ਆਮ ਸਿੱਖਾਂ ਨੂੰ ਦਰਸ਼ਨ ਦੀ ਆਗਿਆ ਹੋਵੇ ਜੀ। ਔਰ ਉਸ ਦਹਿਸ਼ਤ ਦੇ ਮਾਹੌਲ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ ਤਕਰੀਬਨ 100 ਬੀਬੀਆਂ ਆਪਣੇ ਘਰਾਂ ਚੋਂ ਨਿਕਲ ਕੇ ਦਰਬਾਰ ਸਾਹਿਬ ਤਾਂ ਨਹੀਂ ਸੀ ਜਾ ਸਕਦੇ, ਉਹਦੇ ਨੇੜੇ ਹੀ ਜਿਹੜਾ ਸ਼ਹੀਦ ਦਾ ਗੁਰਦੁਆਰਾ ਹਾਂਜੀ ਉੱਥੇ ਪਹੁੰਚੀਆਂ ਗ੍ਰਿਫਤਾਰੀ ਦੇਣ ਵਾਸਤੇ ਜੀ। ਔਰ ਹੁਣ ਜਦੋਂ ਮੈਂ ਗੱਲ ਕਰਦੀ ਹਾਂ ਕਈ ਵਾਰ ਉਹਨਾਂ ਦੇ ਪਰਿਵਾਰਾਂ ਦੇ ਨਾਲ, ਤੇ ਮੈਨੂੰ ਬੜੀ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਵੀ ਕਿਸ ਮਾਹੌਲ ਦੇ ਵਿੱਚੋਂ ਔਰ ਕਿਸ ਨਿਡਰਤਾ ਦੇ ਨਾਲ ਉਹ ਬੀਬੀਆਂ ਨਿਕਲੀਆਂ। ਸਾਡੇ ਇੱਥੇ ਇੱਕ ਬੀਬੀ ਦੀ ਬੇਟੀ ਗੱਲ ਕਰ ਰਹੀ ਸੀ, ਉਹ ਦੱਸਦੀ ਹੈ ਕਿ ਉਸ ਸਮੇਂ ਵਿੱਚ ਕਹਿੰਦੀ ਜਦੋਂ ਉਹਦੀ ਮਦਰ ਨੇ ਜਾਣਾ ਸੀ ਤੇ ਕਹਿੰਦੀ ਉਹਨੂੰ ਘਰੋਂ ਇਸ ਤਰ੍ਹਾਂ ਵਿਦਾ ਕੀਤਾ ਗਿਆ ਸੀ ਕਿ ਜਿਵੇਂ ਪਤਾ ਨਹੀਂ ਇਹਨੇ ਮੁੜ ਵਾਪਸ ਆਣਾ ਹੈ ਕਿ ਨਹੀਂ ਆਣਾ। ਹਾਂਜੀ, ਪਰ ਪੰਥਕ ਕਾਰਜ ਲਈ ਚੱਲੀ ਹੈ, ਇਸ ਲਈ ਰਿਸਪੈਕਟਫੁਲੀ ਉਹਨੂੰ ਉੱਥੋਂ ਵਿਦਾ ਕੀਤਾ ਗਿਆ। ਔਰ ਕਿਤੇ ਐਟ ਦ ਬੈਕ ਆਫ ਦ ਮਾਈਂਡ ਕਹਿੰਦੇ ਸਾਡੇ ਇਹ ਵੀ ਹੈਗਾ ਸੀ ਪਤਾ ਨਹੀਂ ਇਹਨੇ ਮੁੜਨਾ ਹੈ ਕਿ ਨਹੀਂ ਮੁੜਨਾ ਜੀ। ਔਰ ਉਸ ਤੋਂ ਬਾਅਦ ਜਦੋਂ ਉਹ ਜਥੇ ਦੇ ਸ਼ਹੀਦੀ ਜਥੇ ਵਿੱਚ ਗ੍ਰਿਫਤਾਰੀਆਂ ਵਗੈਰਾ ਦੇ ਕੇ ਵਾਪਸ ਘਰਾਂ ਨੂੰ ਪਹੁੰਚੇ, ਜੋ ਕਹਿੰਦੇ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਦੇਖਣ ਆਉਂਦੇ ਹੁੰਦੇ ਸੀ ਇਹ ਕਿਹੜੀ ਦਲੇਰ ਬੀਬੀ ਹੈ ਜਿਹਨੇ ਜਾ ਕੇ ਤੇ ਜੁੱਤ ਕੀਤੀ ਹੈ ਫੌਜ ਦਾ ਵੀ ਵਿਰੋਧ ਕਰਨ ਦੀ। ਸੋ ਇਸ ਕਿਸਮ ਦੀਆਂ ਰਿਸਪੈਕਟ ਉਹਨਾਂ ਬੀਬੀਆਂ ਦੀ ਉਸ ਸਮੇਂ ਦੇ ਵਿੱਚ ਹੋਈ ਜਿਹਨਾਂ ਨੇ ਇਹੋ ਜਿਹੀ ਲੀਡਰਸ਼ਿਪ ਦਿੱਤੀ। ਔਰ ਮੈਨੂੰ ਯਾਦ ਹੈ ਕਿ ਮੈਂ ਉਸ ਵਕਤ ਛੋਟੀ ਸੀ ਤੇ ਮੈਨੂੰ ਉਸ ਵੇਲੇ ਇਹਨਾਂ ਗੱਲਾਂ ਦਾ ਬਹੁਤਾ ਇੰਟਰਸਟ ਨਹੀਂ ਸੀ, ਮੈਨੂੰ ਤਾਂ ਆਪਣੀ ਮਾਂ ਦੇ ਨਾਲ ਇੰਟਰਸਟ ਹੈਗਾ ਸੀ। ਹਾਂਜੀ, ਤੇ ਮੈਂ ਆਪਣੇ ਮਾਂ ਨੂੰ ਪੁੱਛਿਆ, ਮੈਂ ਕਿਹਾ ਮੰਮੀ ਤੁਸੀਂ ਸ਼ਹੀਦੀ ਜਥਾ ਤੇ ਅਨਾਊਂਸ ਕਰਤਾ ਤੇ ਜੇ ਉਹਨਾਂ ਨੇ ਗੋਲੀ ਮਾਰਤੀ, ਕਿਉਂਕਿ ਉਸ ਵੇਲੇ ਮਾਹੌਲ ਇਹੀ ਸੀ ਕਿ ਕਰਫਿਊ ਦੇ ਵਿੱਚ ਜਿਹੜਾ ਨਿਕਲਿਆ ਸਿੱਧੀ ਗੋਲੀ ਹੈ ਜੀ, ਤਾਂ ਇੱਕ ਸੈਕਿੰਡ ਸੋਚੇ ਬਗੈਰ ਮੇਰੇ ਮਦਰ ਨੇ ਕਿਹਾ, ਕਹਿੰਦੇ ਹਾਂ ਸ਼ਹੀਦੀ ਜਥਾ ਕੋਈ ਗੱਲ ਨੀ, ਗੋਲੀ ਲੱਗ ਗਈ ਤੇ ਸ਼ਹੀਦ ਹੋ ਜਾਵਾਂਗੇ, ਇਹ ਕੋਈ ਨਥਿੰਗ ਟੂ ਵਰੀ ਅਬਾਊਟ। ਔਰ ਉਹਨਾਂ ਨੇ ਸਹਿਜ ਸੁਭਾਅ ਗੱਲ ਕਰਤੀ ਔਰ ਮੈਨੂੰ ਯਾਦ ਹੈ ਕਿ ਮੈਂ ਪੂਰੀ ਰਾਤ ਸੌ ਨਹੀਂ ਸਕੀ ਇਹ ਸੋਚ ਕੇ ਕਿ ਜੇ ਮੇਰੀ ਮਾਂ ਕੱਲ ਨਾ ਰਹੀ ਤੇ ਮੇਰਾ ਕੀ ਬਣੇਗਾ। ਹਾਂਜੀ, ਨਾ ਜੋ ਇੱਕ ਬੱਚੇ ਦੀ ਆਪਣੇ ਮਾਂ ਪ੍ਰਤੀ ਹੁੰਦੀ ਹੈ ਜੀ। ਪਰ ਉਸ ਇੱਕ ਇੰਸੀਡੈਂਟ ਨੇ ਮੈਨੂੰ ਇੱਕ ਆਪਣੀ ਮਾਂ ਬਾਰੇ ਬਹੁਤ ਇੰਪੋਰਟੈਂਟ ਜਿਹੜੀ ਉਹਨਾਂ ਦਾ ਗੁਣ ਸੀ ਉਹਦੀ ਸੋਰਟ ਆਫ ਪਰਖ ਕਰਾਈ ਕਿ ਉਹ ਕਥਨੀ ਤੇ ਕਰਨੀ ਦੇ ਪੂਰੇ ਸੀ। ਅਗਰ ਕੋਈ ਗੱਲ ਕਹਿੰਦੇ ਸੀ ਸ਼ੀ ਹੈਡ ਦ ਕਰੇਜ ਕਿ ਉਹ ਉਸ ਗੱਲ ਦੇ ਉੱਪਰ ਖੜੇ ਰਹਿ ਸਕਣ। ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਕਈ ਵਾਰ ਮੈਨੂੰ ਲੋਕ ਕਹਿੰਦੇ ਨੇ ਕਿ ਜੀ ਬੜੀ ਬੇਬਾਕ ਤਰੀਕੇ ਨਾਲ ਬੋਲ ਦਿੰਦੀ ਹੈ ਜੀ, ਫਲਾਨ ਕੱਢੀ ਧਮਕਾਨ ਕੱਢੀ, ਮੈਨੂੰ ਇਹ ਗੱਲਾਂ ਨੀ ਮਤਲਬ ਔਡ ਲੱਗਦੀਆਂ, ਕਿਉਂਕਿ ਜਿਹੋ ਜਿਹਾ ਕਾਰਜ ਜਿਹੋ ਜਿਹੀ ਸਟਰੈਂਥ ਮੈਂ ਆਪਣੀ ਮਾਂ ਵਿੱਚ ਵੇਖੀ ਹੋਈ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਬਹੁਤ ਵੱਡੀ ਗੱਲ ਕਰ ਰਹੀ ਹਾਂ। ਜਿਸ ਜੁਰਅਤ ਦੇ ਨਾਲ ਉਹਨਾਂ ਨੇ ਸੰਨ ਸਿਪਾਹੀ ਦੇ ਵਿੱਚ
80s ਦੇ ਵਿੱਚ ਬੜਾ ਡਟ ਕੇ ਨਿਡਰ ਹੋ ਕੇ ਉਹਨਾਂ ਨੇ ਪੰਥਕ ਹਾਲਾਤ ਬਾਰੇ ਲਿਖਿਆ, ਪੰਥ ਦੇ ਗੱਦਾਰਾਂ ਬਾਰੇ ਲਿਖਿਆ, ਭਾਵੇਂ ਉਹਨਾਂ ਨੂੰ ਉਸ ਕਰਕੇ ਆਪ ਵੀ ਸ਼ਹੀਦੀ ਪ੍ਰਾਪਤ ਕਰਨੀ ਪਈ, ਪਰ ਉਹ ਡਰੇ ਨਹੀਂ, ਉਹ ਥਿੜਕੇ ਨਹੀਂ। ਹਾਂਜੀ, ਔਰ ਇਹ ਇੱਕ ਮੇਰੇ ਵਾਸਤੇ ਘੱਟੋ ਘੱਟ ਮੇਰੀ ਜ਼ਿੰਦਗੀ ਦਾ ਰੋਲ ਮਾਡਲ ਹਨ। ਜੀ, ਕਿਉਂਕਿ ਮੈਂ ਕਿਸੇ ਲੇਡੀ ਨੂੰ ਤਾਂ ਛੱਡੋ, ਕਿਸੇ ਆਦਮੀ ਨੂੰ ਵੀ ਇਹੋ ਜਿਹੀ ਜੁਰਤ ਦੇ ਨਾਲ ਗੱਲ ਕਰਦੇ ਆ ਔਰ ਕੋਈ ਫਰਮ ਵਿਊਜ਼ ਰੱਖਦੇ ਆ ਔਰ ਨਿਸ਼ਠਾ ਦੇ ਨਾਲ ਯੂ ਨੋ ਪੰਥਕ ਜੀਵਨ ਜੀਂਦੇ ਆ, ਮੈਂ ਕਿਸੇ ਹੋਰ ਨੂੰ ਨਹੀਂ ਦੇਖਿਆ। ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਸ਼ਾਇਦ ਉਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਦੀ ਪਰਸਨੈਲਿਟੀ ਹੈ, ਕਿਤੇ ਨਾ ਕਿਤੇ ਐਟ ਦ ਬੈਕ ਆਫ ਮਾਈ ਮਾਇੰਡ ਰਹਿੰਦੀ ਹੈ, ਤੇ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੇ ਲੈਵਲ ਤੱਕ ਤਾਂ ਸ਼ਾਇਦ ਮੈਂ ਨਹੀਂ ਪਹੁੰਚ ਸਕਦੀ। ਹਾਂਜੀ, ਬਟ ਇੱਕ ਇਨਸਪੀਰੇਸ਼ਨ ਜ਼ਰੂਰ ਉਹਨਾਂ ਦੀ ਯਾਦ ਦੀ ਰਹਿੰਦੀ ਹੈ। ਜੀ ਬਿਲਕੁਲ। ਤੇ ਬੀਬੀ ਸਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਉਹਨਾਂ ਦੀ ਇਹ ਪਰਸਨੈਲਿਟੀ ਬਾਰੇ ਸਾਰੀ ਸਿੱਖ ਸੰਗਤਾਂ ਨੂੰ ਦੱਸੋ, ਕਿਉਂਕਿ ਕਾਫੀ ਆਪਣੀਆਂ ਸਿੱਖ ਬੀਬੀਆਂ ਸਿਰਫ ਘਰਾਂ 'ਚ ਵੜ ਕੇ ਬੈਠੀਆਂ ਰਹਿੰਦੀਆਂ, ਕਦੀ ਬਾਹਰ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ। ਮੇ ਬੀ ਇਹ ਸੁਣ ਕੇ ਸ਼ਾਇਦ ਉਹਨਾਂ ਨੂੰ ਵੀ ਇੱਕ ਰੋਲ ਮਾਡਲ ਮਿਲ ਜਾਏਗਾ, ਤੁਹਾਡੇ ਬਾਰੇ ਸੁਣ ਕੇ ਵੀ ਉਹਨਾਂ ਨੂੰ ਸ਼ਾਇਦ ਰੋਲ ਮਾਡਲ ਮਿਲ ਜਾਏਗਾ। ਤੁਹਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਸਿੱਖ ਸੰਗਤਾਂ ਨਾਲ ਆਪਣੇ ਮਾਤਾ ਜੀ ਦੇ ਇਹ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ। ਅਤੇ ਭੈਣ ਜੀ, ਹੁਣ ਅਸੀਂ ਕਰੰਟ ਸਿੱਖ ਮਸਲਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ, ਜਿਸ ਤੋਂ ਤੁਸੀਂ ਜਾਣਦੇ ਕਿ ਪਿਛਲੇ ਦਿਨਾਂ ਵਿੱਚ ਪੁਲਿਸ ਅਫਸਰ ਸੁਰਜੀਤ ਸਿੰਘ ਨੇ ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਕਸ਼ਾਫ ਕੀਤਾ ਸਾਰੀ ਦੁਨੀਆ ਸਾਹਮਣੇ, ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ, ਇਹ ਵੀ ਸਾਰੀ ਸਿੱਖ ਸੰਗਤਾਂ ਨੂੰ ਦੱਸੋ। ਦੇਖੋ, ਪੰਜਾਬ ਦੇ ਵਿੱਚ 80s ਦੇ ਵਿੱਚ ਬਹੁਤ ਫੇਕ ਐਨਕਾਊਂਟਰਸ ਹੋਏ ਨੇ। ਹਾਂਜੀ। ਔਰ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋਈ ਹੈ। ਜੀ। ਔਰ ਅਸੀਂ ਅਗਰ ਸਮਝਦੇ ਹਾਂ ਕਿ ਅਸੀਂ ਉਹਦੇ ਬਾਰੇ ਗੱਲ ਨਹੀਂ ਕਰ ਰਹੇ ਤੇ ਗੱਲ ਖਤਮ ਹੋ ਜਾਂਦੀ ਹੈ, ਤੇ ਇਸ ਤਰ੍ਹਾਂ ਨਹੀਂ ਹੁੰਦਾ। ਹਾਂਜੀ। ਜਿਸ ਤਰ੍ਹਾਂ ਤਕਰੀਬਨ ਹਰ ਫੈਮਿਲੀ ਅਫੈਕਟਿਡ ਸੀ, ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਨੋਨ, ਕੋਈ ਦੋਸਤ, ਕੋਈ ਰਿਸ਼ਤੇਦਾਰ ਜ਼ਰੂਰ ਇਸ ਹਿਊਮਨ ਰਾਈਟਸ ਵਾਇਓਲੇਸ਼ਨ ਦਾ ਸ਼ਿਕਾਰ ਹੋਇਆ। ਹਾਂਜੀ। ਔਰ ਮੈਂ ਸਮਝਦੀ ਹਾਂ ਜਿਸ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚ ਜਦੋਂ ਇਹੋ ਜਿਹਾ ਕੌਨਫਲਿਕਟ ਜ਼ੋਨ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨ ਹੁੰਦੀਆਂ ਹਨ, ਤੇ ਬਾਅਦ ਦੇ ਵਿੱਚ ਉਹਦਾ ਲੇਖਾ ਜੋਖਾ ਕੀਤਾ ਜਾਂਦਾ ਹੈ, ਟਰੁੱਥ ਕਮਿਸ਼ਨ ਜਿਹੜੇ ਨੇ ਉਹ ਬਿਠਾਏ ਜਾਂਦੇ ਹੈਗੇ। ਜੀ। ਔਰ ਪੰਜਾਬ ਦੇ ਵਿੱਚ ਵੀ ਮੈਂ ਮਹਿਸੂਸ ਕਰਦੀ ਹਾਂ ਕਿ ਵੀ ਹਾਲੇ ਵੀ ਤਕਰੀਬਨ 20-25 ਸਾਲ ਬੀਤਣ ਤੋਂ ਬਾਅਦ ਵੀ ਕਦੀ ਕੋਈ ਕੋਰਟ ਦਾ ਕੇਸ ਸਾਹਮਣੇ ਆ ਰਿਹਾ, ਕਦੀ ਕੋਈ ਉਸ ਦਾ ਪੁਲਿਸ ਇਨਫੋਰਮਰ, ਉਸ ਵੇਲੇ ਜਿਹਨਾਂ ਨੇ ਜਿਆਤੀਆਂ ਕੀਤੀਆਂ ਤੇ ਇਸ ਵੇਲੇ ਹੁਣ ਉਹ ਸੱਚ ਬੋਲ ਰਹੇ ਨੇ, ਮਤਲਬ ਇਹ ਸਾਰੀਆਂ ਗੱਲਾਂ ਟਾਈਮ ਟੂ ਟਾਈਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਔਰ ਮੇਰੀ ਸੋਚ ਇਹ ਹੈ ਕਿ ਇੱਕ ਟਰੁੱਥ ਕਮਿਸ਼ਨ ਬਣਨਾ ਚਾਹੀਦਾ ਜਿਹਦੇ ਵਿੱਚ ਇਹ ਸਾਰਾ ਲੇਖਾ ਜੋਖਾ ਹੋਣਾ ਚਾਹੀਦਾ ਕਿ ਵਧੀਕੀਆਂ ਹੋਈਆਂ ਤੇ ਕਿੱਥੇ ਕਿੱਥੇ ਹੋਈਆਂ। ਔਰ ਇਹ ਨਹੀਂ ਕਿ ਸਿਰਫ ਜਿਹੜਾ ਸਟੇਟ ਟੈਰਰਿਜ਼ਮ ਹੋਇਆ ਉਸ ਦੀ, ਈਵਨ ਅਦਰਵਾਈਜ਼ ਜਿਹੜੀ ਨਾਜਾਇਜ਼ ਕਿਲਿੰਗਸ ਹੋਈਆਂ, ਕਿਉਂਕਿ ਸਿੱਖ ਧਰਮ ਦੇ ਵਿੱਚ ਕਿਤੇ ਵੀ ਨਹੀਂ ਇਹ ਐਕਸੈਪਟੇਬਲ ਹੈਗਾ ਕਿ ਤੁਸੀਂ ਨਿਰਦੋਸ਼ ਹਿੰਦੂਆਂ ਨੂੰ ਬੱਸ ਚੋਂ ਕੱਢ ਕੇ ਤੇ ਗੋਲੀ ਮਾਰ ਦਿਓ। ਹਾਂਜੀ। ਉਹ ਵੀ ਉਹਨਾਂ ਚੀਜ਼ਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਸੀ, ਕਿਹੜੀਆਂ ਫੋਰਸਿਸ ਸੀ ਜਿਨ੍ਹਾਂ ਨੇ ਇਹ ਐਂਟੀ ਸਿੱਖ ਕੰਮ ਕੀਤੇ ਨੇ। ਜੀ। ਸੋ ਇੱਕ ਜਿਸ ਤਰ੍ਹਾਂ ਸੋਰਟ ਆਫ ਕਲੋਜ਼ਰ, ਅ ਸੈਂਸ ਆਫ ਕਲੋਜ਼ਰ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਸ ਦਾ ਲੇਖਾ ਜੋਖਾ ਕੀਤਾ ਜਾਏ ਇੰਪਾਰਸ਼ਲ। ਜਿਸ ਤਰ੍ਹਾਂ ਹੁਣ ਜਦੋਂ ਪੰਜਾਬ ਦੇ ਵਿੱਚ ਇਹ ਹਾਦਸੇ ਹੋ ਰਹੇ ਸੀ, ਉਸ ਵਕਤ ਸ਼੍ਰੀਲੰਕਾ ਦੇ ਵਿੱਚ LTTE ਦੇ ਵੀ ਇਹੀ ਕੁਛ ਹੀ ਕਰ ਰਹੀ ਸੀ। ਹਾਂਜੀ। ਔਰ ਸ਼੍ਰੀਲੰਕਾ ਨੇ ਭਾਵੇਂ ਇੱਕ ਪਾਰਸ਼ਲ ਜਿਹਾ ਕਮਿਸ਼ਨ ਬਣਾਇਆ ਜਿਹਦੇ ਵਿੱਚ ਲੈਸਨਸ ਲਰਨਡ ਐਂਡ ਰੀਹੈਬਿਲੀਟੇਸ਼ਨ ਕਮਿਸ਼ਨ ਬਣਾਇਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਗੱਲ ਕੀਤੀ, ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆਈ ਕਿ ਫੌਜ ਕੋਲੋਂ ਵੀ ਨਿਰਦੋਸ਼ ਮਾਰੇ ਗਏ, ਵਟ ਐਵਰ ਦਾ ਸਰਕਮਸਟੈਂਸਿਸ। ਔਰ ਕਈ ਵਾਰ ਹੁੰਦਾ ਹੈ ਕਿ ਵੀ ਅਗਰ ਸੱਚ ਸਾਹਮਣੇ ਆ ਜਾਏ, ਉਹਦੇ ਨਾਲ ਹੀ ਜਿਹੜੇ ਅਫੈਕਟਿਡ ਲੋਕ ਹੁੰਦੇ ਨੇ, ਘੱਟੋ ਘੱਟ ਉਹਨਾਂ ਨੂੰ ਇੱਕ ਸਰਟਨ ਪੀਸ ਆਫ ਮਾਇੰਡ ਮਿਲਦਾ ਹੈਗਾ ਕਿ ਚਲੋ ਸਾਡੇ ਨਾਲ ਜੇ ਵਧੀਕੀ ਹੋਈ ਤੁਸੀਂ ਮੰਨਿਆ ਤਾਂ ਨਹੀਂ। ਸੋ ਇਟਸ ਇੰਪੋਰਟੈਂਟ ਕਿ ਵੀ ਉਸ ਸੈਂਸ ਆਫ ਕਲੋਜ਼ਰ ਵਾਸਤੇ ਇੱਕ ਟਰੁੱਥ ਕਮਿਸ਼ਨ ਬਣਾ ਕੇ ਇਸ ਸਾਰੇ ਨੂੰ ਟੂਵਰਡ ਕਲੋਜ਼ਰ ਕੀਤਾ ਜਾਵੇ। ਜੀ ਬਿਲਕੁਲ। ਤੇ ਭੈਣ ਜੀ, ਸਾਡੇ ਕੋਲ 2 ਮਿੰਟ ਰਹਿ ਗਏ ਨੇ, ਅਸੀਂ 2 ਮਿੰਟ 'ਚ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਨਾਲ ਸਿੱਖਾਂ ਦੇ ਨਾਲ ਹੋਇਆ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਨਵੰਬਰ 84 'ਚ ਹੋਇਆ, ਜੂਨ 84 'ਤੇ ਹੋਇਆ, ਸਾਨੂੰ ਅੱਜ ਤੱਕ 29 ਸਾਲ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ, ਇਨਸਾਫ ਦੀ ਅਸੀਂ ਮੰਗ ਕਰ ਰਹੇ ਹਾਂ ਭਾਰਤ ਦੀ ਸਰਕਾਰ ਤੋਂ। ਤੁਹਾਨੂੰ ਕੀ ਲੱਗਦਾ ਭਾਰਤ ਵਿੱਚ ਬੈਠੇ ਹੋਏ, ਪੰਜਾਬ ਦੇ ਵਿੱਚ ਬੈਠੇ, ਕਿ ਸਾਨੂੰ ਇਨਸਾਫ ਮਿਲੇਗਾ ਇਹਨਾਂ ਚੀਜ਼ਾਂ ਲਈ? ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਹਾਂਜੀ। ਜਿਹੜੇ ਇਨਸਾਫ ਜਿਨ੍ਹਾਂ ਦੇ ਸਾਹਮਣੇ ਸਾਰਾ ਕੁਛ ਹੋਇਆ, ਅੱਜ ਉਹਨਾਂ ਦੀ
तीजी जनरेशन भी सामने आ गई है जी। और जिहड़ी जिन्हां दी मुद्दतां लंघ गईयां अपनियां जिन्हां दी उमरां खत्म हो रही हैं, जिस तरह पिछले दिनों विच एक होर 84 विटनेस की डेथ हो गई है जी। उम्र दे नाल उह अपने आप खत्म होना ही है उन्होंने। हाँ जी। और कोई आस नहीं हैगी कि जे जो साडे कोल आई विटनेसेस सी उदो कुछ नहीं होया तो हुण की हो जाना है। जी बिल्कुल। ते पैन जी सारे क्वेश्चन थले भोरी बहुत सारे से पर समय की घाट करके थोड़ा असं अज नहीं पूछ सकते, पर नैक्सट टाइम असं फिर सिख संगतान के रूबरू करावे। तद तक लिए मैं थोड़े को इजाजत लैनी हाँ। वाहगुरू जी का खालसा वाहगुरू जी की फतेह। बहुत बहुत धन्यवाद जी। वाहगुरू जी का खालसा वाहगुरू जी की फतेह। तो वीर इतने मैं थोड़े को इजाजत लैनी हाँ, कल मिलेंगे सेम टाइम सेम शो से। तद तक लिए वाहगुरू जी का खालसा वाहगुरू जी की फतेह।